ਸਤਿ ਸ਼੍ਰੀ ਅਕਾਲ ਦੋਸਤੋ, ਵਰਲਡ ਕੈਂਸਰ ਕੇਅਰ ਟੀਮ ਲੰਡਨ ਤੋਂ ਮੈਂ ਗੱਲ ਕਰ ਰਿਹਾ ਕੁਲਵੰਤ ਸਿੰਘ ਧਾਲੀਵਾਲ, ਐਂਡ ਮੈਂ ਤੁਹਾਡੇ ਨਾਲ ਜਿਹੜੇ ਵਰਲਡ ਕੈਂਸਰ ਦੇ ਕੈਂਪ ਹੈ ਆਉਣ ਵਾਲੇ 31 ਦਸੰਬਰ ਤੱਕ ਉਹ ਸਾਰੇ ਅਪਡੇਟ ਕਰਨੇ ਚਾਹੁੰਦਾ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ, ਪੈਨ ਪੇਪਰ ਲੈ ਲਓ, ਗਾਂ ਕਿਸੇ ਨੂੰ ਗਾਈਡ ਕਰੋ ਵੀ ਕਿਹੜੇ ਕਿਹੜੇ ਪਿੰਡ ਸਾਡਾ ਕੈਂਪ ਹੈ। ਫਿਰ ਕਈ ਵਾਰੀ ਸਾਨੂੰ ਬਾਅਦ 'ਚ ਤੁਸੀਂ ਕਾਲ ਕਰਦੇ, ਅਸੀਂ ਬਿਜ਼ੀ ਹੁੰਦੇ ਹਾਂ, ਸਾਡੇ ਸਟਾਫ ਉਹ ਕਾਲ ਤੁਹਾਡੀ ਅਟੈਂਡ ਨਹੀਂ ਕਰ ਸਕਦੇ। ਪਲੀਜ਼ ਹੁਣ ਮੈਂ 31 ਦਸੰਬਰ ਤੱਕ ਅੱਜ ਤੋਂ ਲੈ ਕੇ ਸਾਡੇ ਜਿਹੜੇ ਕੈਂਪਸ ਦੀ ਲਿਸਟ ਆ ਪੂਰੀ ਤੁਹਾਨੂੰ ਸਾਰੀ ਨੋਟ ਕਰਾਉਣਾ। ਜਿਹੜੇ ਵੀ ਡਿਸਟ੍ਰਿਕਟ ਵਾਈਜ਼ ਤੁਸੀਂ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਫਾਇਦਾ ਲਿਓ। ਦੋਸਤੋ, 19 ਦਸੰਬਰ ਨੂੰ ਬੱਸੀਆਂ ਰੈਕੋਰਡ ਦੇ ਵਿੱਚ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਹੈ, ਬੱਸੀਆਂ ਰੈਕੋਰਡ ਲੁਧਿਆਣਾ, ਠੀਕ ਹੈ। 20 ਦਸੰਬਰ ਨੂੰ ਧੱਲੇ ਕੇ ਡਿਸਟ੍ਰਿਕਟ ਮੋਗਾ ਦੇ ਵਿੱਚ, ਧੱਲੇ ਕੇ ਡਿਸਟ੍ਰਿਕਟ ਮੋਗਾ 20 ਦਸੰਬਰ। 21 ਦਸੰਬਰ ਭੁੱਚੋ ਕਲਾਂ ਬਠਿੰਡਾ ਦੇ ਵਿੱਚ ਹੈ, 21 ਦਸੰਬਰ ਭੁੱਚੋ ਕਲਾਂ ਬਠਿੰਡਾ ਦੇ ਵਿੱਚ। ਮੈਂ ਖਾਸ ਕਰਦਾ ਬਠਿੰਡੇ ਦੇ ਵਿੱਚ, ਬੜੀ ਵਧੀਆ ਹੈ। 21 ਦਸੰਬਰ ਨੂੰ ਅਸੀਂ ਦਬੁਰਜੀ ਵਿੱਚ ਵੀ ਹਾਂ ਜੀ, ਕਪੂਰਥਲਾ ਡਿਸਟ੍ਰਿਕਟ ਦੇ ਵਿੱਚ, 21 ਦਸੰਬਰ ਦਬੁਰਜੀ ਕਪੂਰਥਲਾ, ਠੀਕ ਹੈ। 22 ਦਸੰਬਰ ਨੂੰ ਅਸੀਂ ਇਹ ਬੂਰਾ ਪਿੰਡ ਦਾ ਨਾਂ ਜੀ, ਬੂਰਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ, 22 ਦਸੰਬਰ ਨੂੰ ਬੂਰਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ। ਮੈਂ ਸਾਹਿਬਜ਼ਾਦਿਆਂ ਦੇ ਜਿਹੜੇ ਸ਼ਹੀਦੀ ਦਿਨ ਦੇ ਕੈਂਪ ਆ ਉਹਨਾਂ 'ਤੇ ਬਾਅਦ 'ਚ ਆਉਂਦਾ, ਪਹਿਲਾਂ ਮੈਂ ਜਿਹੜੇ ਸਾਡੇ ਨੋਰਮਲ ਕੈਂਪ ਆ ਉਹਨਾਂ ਦੀ ਮੈਂ ਅਨਾਊਂਸਮੈਂਟ ਕਰ ਲਿਆ। 23 ਦਸੰਬਰ ਨੂੰ 80 ਕਲਾਂ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਆ, ਠੀਕ ਹੈ ਜੀ। ਐਂਡ ਅਸੀਂ ਉਸ ਤੋਂ ਬਾਅਦ ਆ ਗਿਆ 26 ਦਸੰਬਰ ਨੂੰ ਨੂਰਮਹਿਲ ਦੇ ਵਿੱਚ ਆ, ਡਿਸਟ੍ਰਿਕਟ ਜਲੰਧਰ ਦੇ ਵਿੱਚ ਨੂਰਮਹਿਲ ਦੇ ਵਿੱਚ, ਠੀਕ ਹੈ। 27 ਦਸੰਬਰ ਨੂੰ ਟਾਂਡਾ ਰਾਮ ਸਹਾਏ, ਟਾਂਡਾ ਰਾਮ ਸਹਾਏ ਹੈ ਜੀ, ਹੁਸ਼ਿਆਰਪੁਰ ਦੇ ਡਿਸਟ੍ਰਿਕਟ ਦੇ ਵਿੱਚ, ਹਾਂਜੀ, ਉਹਦਾ ਵੱਧ ਤੋਂ ਵੱਧ ਫਾਇਦਾ ਲਿਓ। 29 ਦਸੰਬਰ ਨੂੰ ਅਸੀਂ ਸੰਧਾਰੀ ਮਾਜਰਾ ਪਿੰਡ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ, ਸੰਧਾਰੀ ਮਾਜਰਾ। ਅਤੇ 29 ਦਸੰਬਰ ਨੂੰ ਸਾਡਾ ਦੂਸਰਾ ਕੈਂਪ ਹੈ ਵੀਰ ਜੀ ਜੋ ਸਿੰਗਰ ਹੈ, ਮੂਸਾ ਸਿੱਧੂ ਮੂਸੇਵਾਲਾ, ਪਿੰਡ ਦਾ ਨਾਮ ਮੂਸਾ, ਮਾਨਸਾ ਦੇ ਵਿੱਚ ਹੈ, 29 ਦਸੰਬਰ ਨੂੰ। ਅਤੇ ਉਹ ਵੀਰ ਨੂੰ ਮੈਂ ਖੁਦ ਕਿਹਾ, ਗਾਇਕੀ ਛੱਡ ਕੇ ਲੋਕਾਂ ਦੀ ਸੇਵਾ ਕਰੀ, ਲੋਕਾਂ ਦਾ ਦੁੱਖ ਦੇਖੀ, ਕਿਉਂਕਿ ਮਾਨਸਾ ਜ਼ਿਲ੍ਹੇ 'ਚ ਕੈਂਸਰ ਬਹੁਤ ਹੈ, ਕੈਂਸਰ ਦੇ ਮਰੀਜ਼ਾਂ ਨੂੰ ਖੁਦ ਜੱਫੀ ਪਾਈ। ਦੋਸਤੋ, ਮੈਂ ਸਾਰੇ ਆਰਟਿਸਟਸ ਨੂੰ, ਸਾਰੇ ਸਿੰਗਰਸ ਨੂੰ, ਸਾਰੇ ਫਿਲਮੀ ਐਕਟਰਸ ਨੂੰ ਬੇਨਤੀ ਕਰਦਾ, ਤੁਸੀਂ ਵੀ ਯੋਗਦਾਨ ਪਾਓ ਵਰਲਡ ਕੈਂਸਰ ਦੇ ਨਾਲ। ਮੈਨੂੰ ਤਾਂ ਵੈਸੇ ਤਾਂ ਕੋਈ ਕੰਪਲੇਂਟ ਨਹੀਂ, ਮੈਨੂੰ ਹਰ ਬੰਦਾ ਸਪੋਰਟ ਕਰਦਾ, ਪਰ ਹੋਰ ਸਪੋਰਟ ਕਰੋ। ਮੈਂ ਵੀਰ ਜੀ ਨੂੰ ਫਿਰ ਬੇਨਤੀ ਕਰਦਾ, ਮੂਸਾ ਵਾਲੇ ਨੂੰ, ਮੂਸਾ ਪਿੰਡ ਦੇ ਵਿੱਚ ਕੈਂਪ ਹੈ ਮਾਨਸਾ ਦੇ ਵਿੱਚ, ਖੁਦ ਸੇਵਾ ਕਰੀ ਪਰਿਵਾਰ ਸਮੇਤ, ਐਂਡ ਘਰ ਘਰ ਨਾਲ ਦੇ ਇਲਾਕੇ ਦੇ ਵਿੱਚ। ਮੈਨੂੰ ਇਹ ਮਨ ਖੁਸ਼ ਹੋ ਜਾਏ ਕਿ ਮਾਨਸਾ ਦੇ ਅਸੀਂ 25 ਪਿੰਡ ਚੈੱਕਅਪ ਕਰ ਦਿੱਤੇ। 31 ਦਸੰਬਰ ਨੂੰ ਅਸੀਂ ਹੋਵਾਂਗੇ ਜੀ ਚੱਕ ਬਨਵਾਲਾ, ਫਾਜ਼ਿਲਕਾ ਦੇ ਵਿੱਚ, ਬਹੁਤ ਦੂਰ ਪੈਂਦਾ, ਅਖੀਰਲਾ ਸਾਡਾ ਡਿਸਟ੍ਰਿਕਟ ਹੈ ਚੱਕ ਬਨਵਾਲਾ, ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ। ਹਾਂ, ਹੁਣ ਆਉਂਦਾ ਜੀ ਮੈਂ ਸਾਡੇ ਮਹਾਨ ਸ਼ਹੀਦਾਂ ਦੇ, ਸਾਹਿਬਜ਼ਾਦਿਆਂ ਦੇ। ਜੇ ਅਸੀਂ ਜੀ ਪਹਿਲਾਂ ਤਾਂ 22 ਅਤੇ 23 ਦਸੰਬਰ ਨੂੰ ਜਿਹੜੇ ਪਹਿਲਾਂ ਕੈਂਪ ਉਹ ਸਾਡੇ ਕੰਟੀਨਿਊ ਚੱਲੀ ਜਾਣੇ ਆ, ਸਾਡੇ ਕੋਲ ਪੂਰਾ ਸਿਸਟਮ ਹੈ। ਇਹ ਸਾਡੀਆਂ ਜਿਹੜੀਆਂ ਦੂਸਰੀਆਂ ਟੀਮਾਂ ਉਹ 22 ਅਤੇ 23 ਦਸੰਬਰ ਨੂੰ ਚਮਕੌਰ ਸਾਹਿਬ ਦੇ ਵਿੱਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਜੋ ਮਨਾ ਰਹੇ ਹਾਂ ਅਸੀਂ, ਉਹਨਾਂ ਨੂੰ ਯਾਦ ਕਰਾਂਗੇ, ਸਾਡੇ ਲਈ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਕੀਤੀਆਂ, ਮਨੁੱਖਤਾ ਦੀ ਸੇਵਾ ਕਰਾਂਗੇ 22 ਅਤੇ 23 ਦਸੰਬਰ ਚਮਕੌਰ ਸਾਹਿਬ। ਮੈਂ ਪੁਲਿਸ ਨੂੰ ਖਾਸ ਬੇਨਤੀ ਕਰਦਾ, ਦੋਸਤੋ ਤੁਸੀਂ ਵੀ, ਸਾਨੂੰ ਇਹ ਪਤਾ ਲੱਗਿਆ ਕਿ ਪੁਲਿਸ ਨੂੰ ਬਹੁਤ ਜ਼ਿਆਦਾ ਰੋਗ ਹੈ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਬਹੁਤ ਜ਼ਿਆਦਾ ਹੈ। ਆਪਣੀ ਵਾਈਫ ਨੂੰ, ਆਪਣੇ ਬਜ਼ੁਰਗ ਮਾਂ ਬਾਪ ਨੂੰ 22 ਅਤੇ 23 ਦਸੰਬਰ ਚਮਕੌਰ ਸਾਹਿਬ ਦੇ ਵਿੱਚ ਜਿਹੜੇ ਪੁਲਿਸਮੈਨ ਹੈ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵੱਧ ਤੋਂ ਵੱਧ ਟਾਈਮ ਦੇਈਏ, ਠੀਕ ਹੈ। ਅਤੇ ਸਾਡੇ ਭੈਣ ਭਰਾਓ, ਕੋਈ ਬਾਹਰੋਂ ਨਹੀਂ, ਕੋਈ ਬਿਹਾਰ ਯੂਪੀ ਤੋਂ ਨਹੀਂ ਆਏ ਤੁਸੀਂ, ਸਾਡੇ ਭੈਣ ਭਰਾਓ 22 ਅਤੇ 23 ਦਸੰਬਰ ਨੂੰ ਜਿੱਥੇ ਸੰਗਤ ਨੂੰ ਚੈੱਕਅਪ ਕਰਾਂਗੇ, ਪੁਲਿਸ ਨੂੰ ਵੀ ਅਸੀਂ ਨਾਲ ਦੀ ਨਾਲ ਚੈੱਕਅਪ ਕਰਾਂਗੇ। ਮੈਂ ਪੁਲਿਸ ਨੂੰ ਖੁਦ ਬੇਨਤੀ ਕਰਦਾ, ਪਲੀਜ਼ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲਿਓ। 25, 26, 27, 28 ਦਸੰਬਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਐਡੀ ਵੱਡੀ ਲਾਸਾਨੀ ਸ਼ਹੀਦੀ, ਅਤੇ ਅਸੀਂ ਮਨੁੱਖਤਾ ਦੀ ਸੇਵਾ ਕਰਾਂਗੇ ਜੀ 4 ਦਿਨ ਲਗਾਤਾਰ, 25, 26, 27, 28 ਦਸੰਬਰ।
ਫਿਰ ਫਤਿਹਗੜ੍ਹ ਡਿਸਟ੍ਰਿਕਟ ਦੀ ਪੁਲਿਸ ਨੂੰ ਬੇਨਤੀ ਕਰਦਾ। ਮੈਂ ਉਹਨਾਂ ਨਾਲ ਵਾਅਦਾ ਕਰਕੇ ਆਇਆ ਸੀ ਉਹਨਾਂ ਨੂੰ ਅਸੀਂ ਸੈਪਰੇਟ ਕੈਂਪ ਵੀ ਦੇਵਾਂਗੇ, ਪਰ ਇਹ ਕੈਂਪ ਫਤਿਹਗੜ੍ਹ ਡਿਸਟ੍ਰਿਕਟ ਦੇ ਵਿੱਚ ਹੋਣ ਦੇ ਕਾਰਨ ਮੈਂ ਪੁਲਿਸ ਨੂੰ ਬੇਨਤੀ ਕਰਦਾ ਵੀ 25 ਤਰੀਕ ਨੂੰ ਸਾਡੇ ਕੋਲ ਘੱਟ ਪੇਸ਼ੈਂਟ ਹੋਣਗੇ। ਵੈਸੇ ਤੁਸੀਂ ਕਿਸੇ ਦਿਨ ਵੀ ਆ ਸਕਦੇ ਆਪਦੀ ਡਿਊਟੀ ਦੇ ਵਿੱਚੋਂ 15 ਮਿੰਟ ਚੈੱਕਅਪ ਕਰਾਉਣ ਆਪਦੀ ਫੈਮਿਲੀਜ਼ ਨੂੰ ਵੱਧ ਤੋਂ ਵੱਧ। ਦੋਸਤੋ, ਇੱਕ ਕੈਂਪ 'ਤੇ ਰਸ਼ ਪਾਉਣ ਦੀ ਬਜਾਏ ਮੈਂ ਹੁਣ ਤੁਹਾਨੂੰ ਪੰਜਾਬ ਦੇ ਸਾਰੇ ਕੈਂਪ ਹਰ ਡਿਸਟ੍ਰਿਕਟ ਵਾਈਜ਼ ਦੱਸ ਦਿੱਤੇ, ਠੀਕ ਹੈ, ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ। ਫਿਰ ਬੋਲਦਾ 22 ਅਤੇ 23 ਨੂੰ ਚਮਕੌਰ ਸਾਹਿਬ ਹੋਵਾਂਗੇ ਜੀ ਅਸੀਂ, 25, 26, 27, 28 ਫਤਿਹਗੜ੍ਹ ਸਾਹਿਬ, ਉਹ ਲਾਸਾਨੀ ਸ਼ਹੀਦ, ਸੋਚੋ ਕਿੱਡੀ ਵੱਡੀ ਕੁਰਬਾਨੀ ਸਾਡੇ ਲਈ ਕੀਤੀ ਹੈ। ਨੱਚ ਭੰਗੜੇ ਨਹੀਂ ਪਾਉਣੇ ਮੈਰਿਜ ਪੈਲਸਾਂ ਦੇ ਵਿੱਚ, ਟਿੱਕ ਕੇ ਬਹਿਣਾ 20 ਦਸੰਬਰ ਤੋਂ ਲੈ ਕੇ 28 ਤੱਕ, ਠੀਕ ਹੈ, ਸਾਦੇ ਲੰਗਰ, ਸਾਦੇ ਵਿਆਹ, ਇਹਨਾਂ 'ਤੇ ਪੂਰਾ ਪਹਿਰਾ ਦੇਣਾ। ਮੈਂ ਤੁਹਾਡੀ ਮਿੰਨਤ ਕਰਦਾ ਇੰਗਲੈਂਡ ਤੋਂ ਬੈਠ ਕੇ ਉਹਨਾਂ ਮਹਾਨ ਸ਼ਹੀਦਾਂ ਲਈ ਉਹਨਾਂ ਨੂੰ ਕਿਸ ਤਰ੍ਹਾਂ ਯਾਦ ਕਰਨਾ, ਵੱਧ ਤੋਂ ਵੱਧ ਮੂਲ ਮੰਤਰ ਕਰੋ ਅਤੇ ਮਨੁੱਖਤਾ ਦੀ ਸੇਵਾ। ਕੋਈ ਬੱਚੇ ਡਾਕਟਰ, ਨਰਸਿਸ ਇਹਨਾਂ ਕੈਂਪਾਂ ਦੇ ਵਿੱਚ ਵੱਧ ਤੋਂ ਵੱਧ ਆਣ ਕੇ ਸੇਵਾ ਕਰਾ ਸਕਦੇ ਹੋ। ਸਾਨੂੰ ਕਿਸੇ ਨੇ ਕੋਈ ਡੋਨੇਟ ਕਰਨਾ ਹੋਵੇ, ਕੋਈ ਮੈਡੀਸਨ ਡੋਨੇਟ ਕਰਨੀ ਹੋਵੇ, worldcancercare.co.in 'ਤੇ ਚਲੇ ਜਾਓ, worldcancercare.co.in 'ਤੇ ਜਾ ਕੇ ਸਾਡੇ ਸਾਰੇ ਕੰਟੈਕਟ ਪਏ ਆ। ਜਿਹੜੇ NRI ਵੀਰ ਸੁਣਦੇ ਆ ਜਿਨ੍ਹਾਂ ਦੇ ਪਿੰਡਾਂ ਸਾਡੀਆਂ ਟੀਮਾਂ ਨਹੀਂ ਗਈਆਂ, ਪਲੀਜ਼ ਕਾਲ ਅਸ, ਤੁਸੀਂ ਕਿਸੇ ਦਿਨ ਜੀਵਨ ਦੇ ਸਕਦੇ ਹੋ। ਜੀਵਨਦਾਨ ਸੋਚਿਆ ਕਿਤੇ? ਹਾਂ, ਤੁਸੀਂ ਦੇ ਸਕਦੇ ਹੋ। ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ 'ਤੇ ਫੜ ਲਈਏ, ਉਸ ਤੋਂ ਬਾਅਦ ਟੱਕਰਾਂ। ਦੋਸਤੋ, ਸਾਡੇ ਇੰਗਲੈਂਡ 'ਚ ਵੀ ਸਾਰੇ ਵਰਲਡ 'ਤੇ ਰਾਜ ਕੀਤਾ, ਇੱਥੇ ਵੀ ਸਟਰਗਲ ਹੈ, ਸਰਵਾਈਵਰ ਰੇਟ। ਮੈਂ ਹਸਪਤਾਲਾਂ 'ਚ ਜਾ ਕੇ ਪੁੱਛਦਾ ਵੀ ਕਿੰਨੇ ਕੁ ਲੋਕ ਬਚੇ ਆ। ਉਹ ਇਨਸਾਨ ਬਚ ਸਕਦਾ ਕੈਂਸਰ ਤੋਂ ਜਿਹੜਾ ਪਹਿਲੀ ਸਟੇਜ ਫੜ ਲਈਏ। ਅਤੇ ਵਰਲਡ ਕੈਂਸਰ ਪੂਰੀ ਕਮਿਟਡ ਹੈ ਜੀ, ਦਸੰਬਰ ਮਹੀਨਾ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਾਂਗੇ। ਵਰਲਡ ਕੈਂਸਰ ਸਾਡੇ ਡਾਕਟਰ, ਨਰਸਿਸ ਮਨੁੱਖਤਾ ਦੀ ਸੇਵਾ ਕਰਾਂਗੇ। ਮੈਂ ਸਾਰੇ ਵਲੰਟੀਅਰਸ ਨੂੰ ਸਾਡੇ ਜਿਹੜੇ ਪੰਜਾਬ ਦੇ ਆ ਇਹਨਾਂ ਦੋ ਕੈਂਪਾਂ, ਜਿਹੜੇ ਵੱਡੇ ਕੈਂਪ ਆ ਸਾਡੇ 22 ਅਤੇ 23 ਚਮਕੌਰ ਸਾਹਿਬ, 25 ਤੋਂ ਲੈ ਕੇ 28 ਤੱਕ ਫਤਿਹਗੜ੍ਹ ਸਾਹਿਬ, ਇਹਦੇ ਵਿੱਚ ਆਣ ਕੇ ਸਾਡੇ ਨਾਲ ਸੇਵਾ ਕਰਾਓ। ਜਿਹੜੇ 22 ਅਤੇ 23 ਦਸੰਬਰ ਦੇ ਕੈਂਪ ਹੈ ਚਮਕੌਰ ਸਾਹਿਬ, ਉਹ ਕਿੱਥੇ ਹੋਵਾਂਗੇ? ਜਦੋਂ ਗੁਰਦੁਆਰਾ ਸਾਹਿਬ ਕਤਲਗੜ੍ਹ ਨੂੰ ਜਿਹੜੀ ਰੋਡ ਜਾ ਰਹੀ ਹੈ ਉਹਦੇ ਉੱਪਰ ਸਾਡਾ ਕੈਂਪ ਹੋਇਆ, ਗੁਰਦੁਆਰਾ ਸਾਹਿਬ ਕਤਲਗੜ੍ਹ। ਫਤਿਹਗੜ੍ਹ ਸਾਹਿਬ ਕਿੱਥੇ ਹੋਵਾਂਗੇ? ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਗੇਟ ਦੇ ਉੱਤੇ ਸਾਡੀਆਂ ਟੀਮਾਂ ਉੱਥੇ ਹੋਣਗੀਆਂ, ਠੀਕ ਹੈ। ਵੱਧ ਤੋਂ ਵੱਧ ਸੇਵਾ ਕਰਾਇਓ ਦੋਸਤੋ, worldcancercare.co.in ਨਾਲ ਜੁੜੇ ਰਿਹਾ ਕਰੋ। ਬਹੁਤ ਧੰਨਵਾਦ, ਕੋਈ ਵੀ ਗਲਤੀ ਹੋ ਗਈ ਹੋਵੇ ਮੇਰਾ ਸੀਸ ਤੁਹਾਡੇ ਚਰਨਾਂ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।